ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸਾਹਿਬ ਗਿੱਲ ਤੁਹਾਡਾ ਸਵਾਗਤ ਕਰਦਾ ਸਾਡੇ ਪ੍ਰੋਗਰਾਮ ਸਟਾਰ ਡਾਇਰੀਜ਼ ਵਿੱਚ, ਤੁਹਾਡੇ ਆਪਣੇ ਪਸੰਦੀਦਾ ਚੈਨਲ ਪੰਜਾਬ ਔਨ ਸਕਰੀਨ 'ਤੇ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਨੂੰ। ਅੱਜ ਵੀ ਸਾਡੇ ਨਾਲ ਮੌਜੂਦ ਨੇ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀ ਉਹ ਮਸ਼ਹੂਰ ਹਸਤੀ ਜਿਨ੍ਹਾਂ ਦਾ ਪੰਜਾਬੀ ਸ਼ਾਇਰੀ, ਸੰਗੀਤ ਅਤੇ ਫਿਲਮਾਂ ਦੇ ਵਿੱਚ ਬਹੁਤ ਵੱਡਾ ਨਾਮ ਹੈ। ਮੈਂ ਤੁਹਾਡੇ ਰੂਬਰੂ ਕਰਵਾਉਣ ਜਾ ਰਿਹਾ ਸਤਿੰਦਰ ਸੱਤੀ ਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਔਰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ। ਸੱਤੀ ਜੀ, ਅਸੀਂ ਪਹਿਲਾਂ ਸਵਾਲ ਇਹ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਹਾਡਾ ਸ਼ਾਇਰੀ ਦਾ ਸਫ਼ਰ ਹੈ, ਤੁਸੀਂ ਬਚਪਨ ਤੋਂ ਹੀ ਸ਼ਾਇਰੀ ਦਾ ਸ਼ੌਂਕ ਰੱਖਦੇ ਸੀ ਜਾਂ ਸਕੂਲ ਜਾਂ ਕਾਲਜ ਦੇ ਵਿੱਚ ਤੁਹਾਨੂੰ ਇਹ ਸ਼ੌਂਕ ਚੱਕਿਆ? ਸ਼ਾਇਰੀ, ਦੇਖੋ ਮੈਨੂੰ ਲੱਗਦਾ ਕਿ ਮੈਂ ਜਿਸ ਸ਼ਹਿਰ ਤੋਂ ਹਾਂ, ਮੇਰੀ ਇੱਕ ਪਿਛਲੀ ਐਲਬਮ ਆਈ ਸੀ ਉਹਦੇ 'ਚ ਮੈਂ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਸੀ ਵੀ ਇੰਨੇ ਸ਼ੇਰ ਕਿਵੇਂ ਯਾਦ ਰਹਿੰਦੇ ਆ, ਅਤੇ ਉਹਦੇ 'ਚ ਮੈਂ ਬੜਾ ਵਧੀਆ ਕਿਹਾ ਸੀ ਕਿ ਪੁੱਛਦੇ ਨੇ ਲੋਕ ਸ਼ਾਇਰੀ ਕਿਵੇਂ ਫੁਰਦੀ, ਮੈਂ ਕਹਾਂ ਇਹ ਤਾਂ ਮੇਰੇ ਨਾਲ ਨਾਲ ਤੁਰਦੀ। ਅੰਮੀ ਨੇ ਮੇਰੀ ਦੁਆਵਾਂ ਸੀ ਕੀਤੀਆਂ, ਸ਼ਾਇਰਾਂ ਤੋਂ ਰੰਗਤਾਂ ਉਧਾਰੀਆਂ ਸੀ ਲਿੱਤੀਆਂ। ਸਾਡੇ ਗਵਾਂਢ ਰਹਿੰਦਾ ਇੱਕ ਪੀਰ ਸੀ, ਸ਼ਾਇਰੀ ਦਾ ਕਹਿੰਦੇ ਵੱਡਾ ਕੋਈ ਮੀਰ ਸੀ, ਨਾ ਦੱਸਾਂ ਤਾਂ ਸ਼ਿਵ ਉਹਦਾ ਨਾਂ ਸੀ, ਮੇਰਾ ਸ਼ਹਿਰ ਉਹਦਾ ਸ਼ਹਿਰ ਬਟਾਲਾ ਹੀ ਗਰਾਂ ਸੀ। ਲੱਗਦਾ ਏ ਅਸਰ ਉਸ ਦਾ ਜ਼ਰੂਰ ਏ, ਬਾਕੀ ਤਾਂ ਸੱਤੀ ਉੱਤੇ ਮਿਹਰਬਾਨ ਵੀ ਹਜ਼ੂਰ ਏ। ਸੋ ਮੈਨੂੰ ਲੱਗਦਾ ਕਿ ਉਸ ਸ਼ਹਿਰ ਨਾਲ ਮੈਂ ਵਾਬਸਤਾ ਵਾਂ, ਜਿਸ ਸ਼ਹਿਰ 'ਚ ਬਰਕਤ ਰਾਮ ਜੁੰਮਨ, ਬੇਲਾ ਰਾਮ ਤਾਲਿਬ, ਸ਼ਿਵ ਕੁਮਾਰ ਬਟਾਲਵੀ ਵਰਗੇ ਉਸਤਾਦ ਸ਼ਾਇਰ ਜਿਹੜੇ ਉਹਨਾਂ ਦਾ ਜਨਮ ਹੋਇਆ। ਸੋ ਸ਼ਾਇਰੀ ਬਚਪਨ ਤੋਂ ਹੀ ਮੈਂ ਕਰਦੀ ਸੀ, ਲਿਖਦੀ ਸੀਗੀ ਪੰਜਵੀਂ ਛੇਵੀਂ ਦੇ ਵਿੱਚ। ਉਹ ਉਸਨੂੰ ਬਾਅਦ ਵਿੱਚ ਐਂਕਰਿੰਗ ਦਾ ਰੂਪ ਮਿਲ ਗਿਆ, ਜੋ ਮੈਨੂੰ ਆਪ ਹੀ ਨਹੀਂ ਸੀ ਪਤਾ ਕਿ ਸ਼ੇਰ ਬੋਲਣ ਨੂੰ ਇਹ ਮੇਰਾ ਪ੍ਰੋਫੈਸ਼ਨ ਬਣ ਜਾਏਗਾ। ਅਤੇ ਤੁਸੀਂ ਇਸ ਸ਼ਾਇਰੀ ਦੇ ਪ੍ਰੋਫੈਸ਼ਨ ਤੋਂ ਬਾਅਦ ਤੁਸੀਂ ਜਿੱਦਾਂ ਕਿ ਕਈ ਗਾਣਿਆਂ ਦੇ ਵਿੱਚ ਤੁਸੀਂ ਸੰਗੀਤ ਦੇ ਨਾਲ ਐਂਟਰਟੇਨ ਕੀਤਾ ਦਰਸ਼ਕਾਂ ਨੂੰ, ਅਤੇ ਫਿਲਮਾਂ ਦਾ ਦੌਰ ਵੀ ਜੋ ਪੰਜਾਬੀ ਦਾ ਸਿਨੇਮੇ ਦਾ ਦੂਸਰਾ ਦੌਰ ਆਇਆ ਸੀਗਾ, ਉਸ ਦੇ ਵਿੱਚ ਵੀ ਤੁਸੀਂ ਬਹੁਤ ਹੀ ਵਧੀਆ ਕਿਰਦਾਰ ਨਿਭਾਏ ਨੇ। ਇਸ ਸਫ਼ਰ ਦੇ ਬਾਰੇ ਕੁਛ ਦੱਸੋਗੇ, ਸ਼ਾਇਰੀ ਤੋਂ ਲੈ ਕੇ ਫਿਲਮੀ ਦੌਰ ਤੱਕ? ਮੈਂ ਮੰਨਦੀ ਹਾਂ ਕਿ ਮੈਂ ਬੇਸਿਕਲੀ ਇੱਕ ਆਰਟਿਸਟ ਹਾਂ। ਮੈਂ ਜਦੋਂ ਛੋਟੀ ਸੀ ਅਤੇ ਮੈਂ ਹਮੇਸ਼ਾ ਸਟੇਜ 'ਤੇ, ਜਦੋਂ ਵਿਆਹ 'ਤੇ ਕੋਈ ਸਿੰਗਰ ਔਰਕੈਸਟਰਾ ਦਾ ਉਸ ਟਾਈਮ 'ਤੇ ਜ਼ਮਾਨਾ ਸੀ ਅਤੇ ਉਹ ਪਰਫੋਰਮ ਕਰਦੇ ਸੀ, ਅਤੇ ਮੈਂ ਬੱਚਿਆਂ ਵਾਂਗੂ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਨਾ ਜਾ ਕੇ ਸਟੇਜ ਦੇ ਕੋਲ ਬੈਠੀ ਰਹਿੰਦੀ ਸੀ। ਮੈਨੂੰ ਲੱਗਦਾ, ਅੱਜ ਵੀ ਯਾਦ ਹੈ ਕਿ ਅੰਬਾਲੇ ਮੇਰੇ ਮਾਸੀ ਜੀ ਰਹਿੰਦੇ, ਮੈਂ ਜ਼ਿਆਦਾਤਰ ਉਹਨਾਂ ਕੋਲ ਪਲੀ ਹਾਂ, ਅਤੇ ਉਹ ਕਿਸੇ ਸਾਨੂੰ ਵਿਆਹ 'ਤੇ ਲੈ ਕੇ ਗਏ ਅਤੇ ਉਹ ਔਰਕੈਸਟਰਾ 'ਤੇ ਲੋਕ ਜਦੋਂ ਪਰਫੋਰਮ ਕਰ ਰਹੇ ਸਨ ਅਤੇ ਸਾਰੇ ਉਹਦੇ 'ਚ ਬਿਜ਼ੀ ਸੀ, ਮੈਨੂੰ ਲੱਗੇ ਕਿ ਇਹ ਲੋਕ ਕਿਹੜੇ ਨੇ, ਜਿਹੜੇ ਕਿਹੜੀ ਦੁਨੀਆ ਦੇ ਨੇ ਜਿਹੜੇ ਇਸ ਤਰ੍ਹਾਂ ਪਰਫੋਰਮ ਕਰਦੇ ਨੇ। ਅਤੇ ਮੈਨੂੰ ਸਟੇਜ ਹਮੇਸ਼ਾ ਹੀ ਫੈਸੀਨੇਟ ਕਰਦੀ ਸੀ। ਮੈਨੂੰ ਉਦੋਂ ਵੀ ਲੱਗਦਾ ਸੀ ਮੈਨੂੰ ਇੱਕ ਮਿੰਟ ਮਾਈਕ ਦੇ ਦੇਣਾ ਅਤੇ ਮੈਂ ਲੋਕਾਂ ਨੂੰ ਦੱਸ ਦੇਵਾਂ ਕਿ ਮੈਂ ਵੀ ਦੁਨੀਆ 'ਤੇ ਹੈਗੀ ਹਾਂ। ਸੋ ਮਾਲਕ ਨੇ, ਮੈਨੂੰ ਲੱਗਦਾ ਕਿ ਮੈਂ ਬੌਂਡ ਸੀਗੀ, ਖੂਨ 'ਚ ਸੀਗਾ ਮੇਰੇ, ਮੈਨੂੰ ਇਹ ਵੀ ਕੰਮ ਆਉਂਦਾ। ਮੈਂ ਵੈਸੇ ਪ੍ਰੋਫੈਸ਼ਨ ਤੋਂ ਵਕੀਲ ਹਾਂ, ਵਕੀਲਾਂ ਨੂੰ ਪੜ੍ਹਾਉਣ ਵਾਲੀ ਪ੍ਰੋਫੈਸਰ ਹਾਂ, ਪਰ ਉਹ ਪੇਸ਼ਾ ਮੇਰੇ ਕਦੇ ਕੰਮ ਨਹੀਂ ਆਇਆ। ਸੋ ਮੈਨੂੰ ਲੱਗਦਾ ਪਰਮਾਤਮਾ ਨੇ ਮੈਨੂੰ ਆਰਟਿਸਟ ਹੀ ਬਣਾ ਕੇ ਭੇਜਿਆ। ਸੋ ਚਾਹੇ ਉਹ ਸ਼ਾਇਰੀ ਦੀ ਗੱਲ ਹੋਵੇ, ਚਾਹੇ ਉਹ ਐਂਕਰਿੰਗ ਦੀ ਗੱਲ ਸੀ, ਮੈਨੂੰ ਮੈਂ ਮਿਹਨਤ ਬੜੀ ਪਸੰਦ ਆ, ਮੈਨੂੰ ਮਿਹਨਤ ਕਰਨੀ ਬੜੀ ਚੰਗੀ ਲੱਗਦੀ ਹੈ। ਗਾਣਾ ਜਿਹੜਾ ਉਹ ਮੈਨੂੰ ਥੋੜ੍ਹਾ ਜਿਹਾ ਵਿਰਾਸਤ 'ਚ ਮਿਲਿਆ, ਮੇਰੇ ਮਦਰ ਬੜਾ ਅੱਛਾ ਗਾਉਂਦੇ ਨੇ, ਚਾਹੇ ਘਰੇਲੂ ਨੇ ਹਾਊਸ ਵਾਈਫ ਨੇ, ਲੇਕਿਨ ਬਹੁਤ ਅੱਛਾ ਗਾਉਂਦੇ ਨੇ, ਬਾ ਕਮਾਲ ਗਾਉਂਦੇ ਨੇ, ਅਤੇ ਉਹ ਉਹਨਾਂ ਨੂੰ ਬੜਾ ਸ਼ੌਂਕ ਹੈ ਕੰਮ ਕਰਦਿਆਂ ਗਾਉਂਦੇ ਰਹਿਣਾ, ਅਤੇ ਉਹਦੇ ਕਰਕੇ ਮੈਂ ਸਕੂਲ 'ਚ ਥੋੜ੍ਹਾ ਥੋੜ੍ਹਾ ਗਾਉਂਦੀ ਹੁੰਦੀ ਸੀਗੀ, ਪਰ ਜਦੋਂ ਮੈਂ ਐਂਕਰਿੰਗ 'ਚ ਆਈ ਤਾਂ ਮੈਨੂੰ ਲੱਗਾ ਕਿ ਥੋੜ੍ਹਾ ਗਰੋ ਕਰਨਾ ਚਾਹੀਦਾ, ਮੈਂ ਬੜੀ ਜਲਦੀ ਬੋਰ ਹੋ ਜਾਂਦੀ ਹਾਂ ਚੀਜ਼ਾਂ 'ਚ, ਅਤੇ ਮੇਰਾ ਕੰਪੀਟੀਸ਼ਨ, ਮੈਂ ਹਮੇਸ਼ਾ ਮੰਨਦੀ ਮੇਰਾ ਕੰਪੀਟੀਸ਼ਨ ਮੇਰੇ ਨਾਲ ਹੀ ਰਿਹਾ। ਫਿਰ ਮੈਂ ਉਸ ਤੋਂ ਬਾਅਦ ਸੋਚਿਆ ਕਿ ਕਿਉਂ ਨਾ ਮੈਂ ਗਾਣਾ ਕਰਕੇ ਦੇਖਾਂ, ਐਲਬਮ ਕੀਤੀ ਪਹਿਲੀ ਪਿੰਗ ਦਾ ਸਵਿੰਗ ਸਪੀਡ ਰੈਕਰਡਸ ਵੱਲੋਂ, ਉਹਦਾ ਪਹਿਲਾ ਗਾਣਾ ਸੀ ਹੱਦੋਂ ਵੱਧ ਨਾ ਵਧਾਈ ਚੰਨਾ ਗੱਲ ਵੀ, ਬੜਾ ਮਕਬੂਲ ਹੋਇਆ। ਉਸ ਤੋਂ ਬਾਅਦ ਉਹ ਢੋਲ ਵਜਾਵੇ ਢੋਲੀ, ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ, ਉਸ ਐਲਬਮ ਦੇ ਸਾਰੇ ਗਾਣੇ ਇੱਕ ਤੋਂ ਬਾਅਦ ਇੱਕ ਹਿੱਟ ਹੋਏ। ਉਸ ਤੋਂ ਬਾਅਦ ਮੇਰਾ ਟੂਰ ਸੀ ਅਮੈਰੀਕਾ ਦਾ, ਲੋਕਾਂ ਨੇ ਬੜਾ ਮੈਨੂੰ ਐਪਰੀਸ਼ੀਏਟ ਕੀਤਾ ਮੈਨੂੰ ਗਾਉਣ ਲਈ, ਉਹਨਾਂ ਨੇ ਕਿਹਾ। ਫਿਰ ਮੈਂ ਬਕਾਇਦਾ ਜਿੰਨਾ ਕੁ ਸਿੱਖ ਸਕਦੀ ਸੀ ਵਕਤ ਦੇ ਵਿੱਚ ਉਹ ਸਿੱਖਣ ਦੀ ਕੋਸ਼ਿਸ਼ ਕੀਤੀ। ਫਿਰ ਤਿੰਨ ਚਾਰ ਐਲਬਮਸ, ਬਹੁਤ ਸਾਰੇ ਸਿੰਗਲ ਟਰੈਕ, ਦੌਰ ਸ਼ੁਰੂ ਹੋ ਗਿਆ, ਉਹ ਇੱਕ ਜਨੂਨ ਹੋ ਗਿਆ ਕਿ ਹੁਣ ਇਹ ਕਰਕੇ ਦਿਖਾਉਣਾ। ਉਸ ਤੋਂ ਬਾਅਦ ਫਿਲਮਾਂ ਦੀਆਂ ਔਫਰਸ ਆਉਣ ਲੱਗ ਪਈਆਂ, ਬਹੁਤ ਸਾਰੀਆਂ ਵਿੱਚ ਫਿਲਮਾਂ ਨਹੀਂ ਕੀਤੀਆਂ ਮੈਂ, ਕਿਉਂਕਿ ਮੈਂ
ਮੇਨ ਲੀਡ 'ਚ ਕਰਨਾ ਚਾਹੁੰਦੀ ਸੀ, ਅੱਛਾ ਕਰਨਾ ਚਾਹੁੰਦੀ ਸੀ ਮੇਨ ਲੀਡ ਨਾਲੋਂ ਜ਼ਿਆਦਾ। ਫਿਰ ਮਾਈਸੈਲਫ ਪੇਂਡੂ ਪ੍ਰੀਤ ਹਰਪਾਲ ਉਹਨਾਂ ਨੇ ਮੈਨੂੰ ਕਿਹਾ, ਅਤੇ ਸੁਰਿੰਦਰ ਰਿਆਲ ਜੀ ਜਿਹੜੇ ਉਸਦੇ ਡਾਇਰੈਕਟਰ ਸਨ, ਸੋ ਉਹਨਾਂ ਨੇ ਮੈਨੂੰ ਉਸ ਪ੍ਰੋਜੈਕਟ ਦੇ ਲਈ ਪ੍ਰਪੋਜ਼ ਕੀਤਾ। ਉਸ ਤੋਂ ਬਾਅਦ ਮੈਂ ਇੱਕ ਫਿਲਮ ਕੀਤੀ ਸੀਗੀ ਵਿੱਚ ਪਰਦੇਸਾਂ ਦੇ, ਜਰਮਨ ਅਤੇ ਇੰਡੀਆ ਲੈਂਗੁਏਜ, ਉਹ ਇੱਥੇ ਰਿਲੀਜ਼ ਨਹੀਂ ਹੋਈ ਲੇਕਿਨ ਉਹ ਵੀ ਬੜੀ ਬਾ ਕਮਾਲ ਫਿਲਮ ਸੀ। ਤੀਸਰੀ ਫਿਲਮ ਮੈਂ ਕਰ ਰਹੀ ਹਾਂ ਦ ਯੂਥ, ਜਿਹੜੀ ਡਰੱਗਸ ਦੇ ਉੱਪਰ ਆਪਣੇ ਆਪ ਦੇ ਵਿੱਚ ਬੜੀ ਰੈਵੋਲਿਊਸ਼ਨਰੀ ਹੈ ਔਰ ਸਿੰਗਲ ਵਿਮੈਨ ਬੇਸਡ ਹੈ, ਔਰਤ ਉਹਦਾ ਸਬਜੈਕਟ ਹੈ, ਜੋ ਕਿ ਪੰਜਾਬੀ ਇੰਡਸਟਰੀ 'ਚ ਘੱਟ ਫਿਲਮਾਂ ਹੋਈਆਂ। ਮੇਰੇ ਹਿੱਸੇ 'ਚ ਉਹ ਫਿਲਮ ਆਈ ਹੈ, ਨਗਿੰਦਰ ਜੀ ਡਾਇਰੈਕਟ ਕਰ ਰਹੇ ਨੇ ਵਾਲੀ, ਸਭ ਨੇ ਪ੍ਰੋਡਿਊਸ ਕੀਤੀ ਹੈ। ਸੋ ਮੈਂ ਕੰਮ ਕਰਨ ਦੇ ਵਿੱਚ, ਜ਼ਿੰਦਗੀ ਨੂੰ ਚੱਲਣ ਦੇ ਵਿੱਚ ਯਕੀਨ ਰੱਖਦੀ ਹਾਂ। ਅਤੇ ਆਪਣੇ ਬਚਪਨ ਅਤੇ ਫੈਮਿਲੀ ਬਾਰੇ ਤੁਸੀਂ ਕੁਛ ਦੱਸਣਾ ਚਾਹੋਗੇ ਕਿ ਉਹਨਾਂ ਦੀ ਸਪੋਰਟ ਕਿੱਦਾਂ ਰਹੀ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ? ਦੇਖੋ, ਮੇਰੇ ਪੇਰੈਂਟਸ ਬੇਹੱਦ ਸਪੋਰਟਿਵ ਨੇ। ਪਹਿਲਾਂ ਸ਼ੁਰੂ ਦੇ ਵਿੱਚ ਮੈਨੂੰ ਨਹੀਂ ਸੀ ਲਾਈਕ ਕਰਦੇ ਉਹ, ਕਿਉਂਕਿ ਮੇਰੇ ਫਾਦਰ ਬਾਹਰ ਰਹਿੰਦੇ ਸੀ, ਫੋਰਨ ਰਹਿੰਦੇ ਸੀ, ਅਤੇ ਮੇਰੇ ਮਦਰ ਜਿਹੜੇ, ਮੈਂ ਬਚਪਨ ਤੋਂ ਥੀਏਟਰ ਕਰਦੀ ਹਾਂ ਬੇਸਿਕਲੀ। ਮੈਂ 9ਵੀਂ 10ਵੀਂ 'ਚ ਸੀ ਜਦੋਂ ਮੈਂ ਇੱਕ ਪਲੇਅ ਕੀਤਾ ਸੀ ਮਿੱਟੀ ਦਾ ਮੁੱਲ, ਜਿਹਦੇ 'ਚ ਮੈਂ ਇੱਕ ਜਿਹੜੇ ਗੱਡੀਆਂ ਵਾਲੇ ਹੁੰਦੇ ਬਾਜੀਗਰ ਹੁੰਦੇ ਆ, ਉਹਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਉਸ ਪਲੇਅ ਨਾਲ ਮੈਂ ਪੂਰੇ ਇੰਡੀਆ 'ਚ ਟੂਰ ਕੀਤਾ ਸੀਗਾ, ਸਾਡੀ ਕਲੱਬ ਨੇ ਨਵਯੁਗ ਕਲਾ ਮੰਚ ਨੇ, ਜਿਹਦੇ 'ਚ ਮੇਰਾ ਕਿਰਦਾਰ ਸੀ ਮਿੰਦੋ ਦਾ। ਉਹਦਾ ਇੱਕ ਡਾਇਲੋਗ ਬਹੁਤ ਫੇਮਸ ਹੋਇਆ ਸੀ, ਨਾ ਚਾਚੀ ਮੈਂ ਬਾਜੀਗਰਾਂ ਦੀ ਮਿੰਦੋ ਹਾਂ। ਸੋ ਉਹ ਬੜਾ ਮਕਬੂਲ ਹੋਇਆ ਸੀ ਪੂਰੇ ਹਿੰਦੁਸਤਾਨ 'ਚ ਜਿੱਥੇ ਥੀਏਟਰ ਹੁੰਦਾ ਸੀਗਾ। ਉਸ ਐਕਚੁਲੀ ਉਸ ਨਾਟਕ ਨੇ ਮੇਰੇ 'ਚ ਕੌਨਫੀਡੈਂਸ ਭਰਿਆ, ਉਸ ਪਲੇਅ ਨੇ। ਉਹ ਮੈਂ ਪੂਰੇ ਇੰਡੀਆ 'ਚ ਅਸੀਂ ਉਹ ਪਲੇਅ ਖੇਡਿਆ, ਜੰਮੂ, ਉਸ ਤੋਂ ਬਾਅਦ ਗੁਰਦਾਸਪੁਰ, ਪਠਾਨਕੋਟ, ਸਭ ਇਲਾਕਿਆਂ ਦੇ ਵਿੱਚ। ਉੱਥੋਂ ਮੈਂ ਬੈਸਟ ਐਕਟਰੈਸ ਪੂਰੇ ਆਲ ਥਰੂ ਆਊਟ ਉਸ ਸਾਲ ਦੀ 92 ਦੇ ਵਿੱਚ, ਮੈਂ ਪਲੱਸ 1 'ਚ ਸੀਗੀ, ਮੈਂ 92 ਦੇ ਵਿੱਚ ਬੈਸਟ ਐਕਟਰੈਸ ਪੂਰੇ ਤਮਾਮ ਥੀਏਟਰ ਦੀ ਰਹੀ। ਉਹਨੇ ਫਿਰ ਮੈਨੂੰ ਇੱਕ ਕੌਨਫੀਡੈਂਸ ਦੇ ਦਿੱਤਾ। ਪਰ ਮੇਰੇ ਉਸ ਤੋਂ ਬਾਅਦ ਮੈਨੂੰ ਗੁਲਸ਼ਨ ਗੁਲਫਾਨ ਔਫਰ ਹੋਇਆ ਪ੍ਰੀਖਸ਼ਤ ਸਾਨੀ ਜੀ ਵੱਲੋਂ, ਮੈਂ ਜਦੋਂ ਜੰਮੂ ਪਲੇ ਕੀਤਾ। ਲੇਕਿਨ ਮੇਰੇ ਮਦਰ ਫਾਦਰ ਬਾਅਦ ਸੀ, ਮੇਰੇ ਮਦਰ ਡਰਦੇ ਸੀ ਸਰਦਾਰਾਂ ਦੇ ਬੱਚੇ, ਕੁੜੀ ਤੁਹਾਨੂੰ ਕਿੱਦਾਂ ਬੰਬੇ ਭੇਜ ਦੀਏ। ਫਿਰ ਉਹਨਾਂ ਨੇ ਮੈਨੂੰ ਭੇਜਿਆ ਨਹੀਂ ਬੰਬੇ, ਲੇਕਿਨ ਮੈਨੂੰ ਲੱਗਦਾ ਮੇਰੀ ਡੈਸਟਨੀ ਸੀ। ਫਿਰ ਮੈਂ ਲਿਸ਼ਕਾਰਾ ਕੀਤਾ ਅਤੇ ਮੇਰੇ ਫਾਦਰ ਨੂੰ ਨਹੀਂ ਸੀ ਪਤਾ, ਸੋ ਸਾਰੇ ਘਰ ਦੇ ਇਕੱਠੇ ਹੋਏ, ਮੇਰੇ ਮਾਸੀ ਜੀ ਔਰ ਸਾਰੇ। ਫਿਰ ਉਦਣ ਪ੍ਰੋਗਰਾਮ ਆਉਣਾ ਸੀ, ਮੇਰੇ ਫਾਦਰ ਨੂੰ ਦੱਸਿਆ ਗਿਆ ਕਿ ਤੁਹਾਡੀ ਕੁੜੀ ਜਿਹੜੀ ਹੈ ਟੀ ਵੀ 'ਤੇ ਆ ਰਹੀ ਹੈ। ਮੈਂ ਤਾਂ ਐਂਟੀਨਾ ਹੀ ਘੁਮਾ ਦਿੰਦੀ ਸੀ ਕਿ ਉਦੋਂ ਐਂਟੀਨਾ ਸੀਗਾ 2000 ਦੇ ਵਿੱਚ, ਅਤੇ ਮੈਨੂੰ ਸੀਗਾ ਕਿ ਕੋਈ ਦੇਖੇ ਨਾ ਮੇਰੇ ਸ਼ਹਿਰ 'ਚੋਂ। ਪਰ ਫਿਰ ਮੇਰੇ ਫਾਦਰ ਨੂੰ ਜਦੋਂ ਲੱਗਾ, ਉਹਨਾਂ ਨੇ ਦੇਖਿਆ, ਉਹਨਾਂ ਲੱਗਾ ਕਿ ਅੱਛਾ। ਫਿਰ ਮੇਰੇ ਫਾਦਰ ਨੇ ਮੈਨੂੰ ਬਹੁਤ ਸਪੋਰਟ ਕੀਤਾ, ਸਭ ਤੋਂ ਜ਼ਿਆਦਾ ਸਪੋਰਟ ਮੇਰੇ ਬ੍ਰਦਰ ਨੇ ਮੈਨੂੰ ਕੀਤਾ। ਮੇਰਾ ਬ੍ਰਦਰ ਪੜ੍ਹਦਾ ਸੀਗਾ, ਮੇਰੇ ਫਾਦਰ ਅਲਾਓ ਨਹੀਂ ਸੀ ਕਰਦੇ ਇਕੱਲੇ ਜਾਣ ਨੂੰ। ਉਹਨੇ ਬਹੁਤ ਸੈਕਰੀਫਾਈਸ ਕੀਤਾ, ਉਹਨੇ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ, ਮੇਰੀ ਸਿਸਟਰ ਦੀ ਬੜੀ ਕੰਟਰੀਬਿਊਸ਼ਨ ਰਹੀ ਹੈ। ਸੋ ਮੇਰੀ ਫੈਮਿਲੀ ਬੇਹੱਦ ਸਪੋਰਟਿਵ ਹੈ। ਉਹਨਾਂ ਨੇ ਮੈਨੂੰ ਜ਼ਿੰਦਗੀ 'ਚ, ਮੇਰੇ ਫਾਦਰ ਨੇ ਹਮੇਸ਼ਾ, ਉਹਨਾਂ ਨੇ ਸਾਨੂੰ ਕਦੀ ਗਾਈਡ ਨਹੀਂ ਕੀਤਾ। ਉਹ ਕਹਿੰਦੇ ਹੁੰਦੇ ਆਪਣੇ ਰਸਤੇ ਤੁਹਾਡੀ ਆਪਣੀ ਜ਼ਿੰਦਗੀ ਹੈ, ਹਰ ਜ਼ਿੰਦਗੀ ਨੂੰ ਆਪਣੇ ਖੰਭਾਂ ਦੇ ਨਾਲ ਉੱਡਣਾ ਅਤੇ ਜਿਉਣਾ ਚਾਹੀਦਾ। ਉਹਨਾਂ ਨੇ ਸਾਨੂੰ ਭਰਪੂਰ ਸਮਾਨ ਦਿੱਤਾ, ਔਰ ਅਸੀਂ ਜਿੰਨਾ ਦੋਨੋਂ ਸਿਸਟਰ ਔਰ ਬ੍ਰਦਰ, ਸਾਡਾ ਜੋ ਤਮੰਨਾ ਸੀ ਅਸੀਂ ਉਹ ਕੀਤਾ। ਪਰ ਇਹ ਗੱਲ ਉਹਨਾਂ ਨੇ ਹਮੇਸ਼ਾ ਕਹੀ ਸੀ ਕਿ ਸਾਨੂੰ ਲਾਂਭਾ ਨਹੀਂ ਆਉਣਾ ਚਾਹੀਦਾ। ਸੋ ਉਸ ਗੱਲ ਦਾ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕੋਈ ਇਹੋ ਜਿਹਾ ਕੰਮ ਨਾ ਕਰਾਂ ਜਿਸ ਦੇ ਨਾਲ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਦੁੱਖ ਪਹੁੰਚੇ। ਬਾਕੀ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਕਿ ਪਰਮਾਤਮਾ ਦੀ ਬੜੀ ਰਹਿਮਤ ਰਹੀ ਹੈ, ਲੋਕਾਂ ਨੇ ਬੜੀ ਮੁਹੱਬਤ ਦਿੱਤੀ ਮੇਰੇ ਕੰਮ 'ਚ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਲਿਸ਼ਕਾਰਾ ਜਿਹੜਾ ਦੂਰਦਰਸ਼ਨ ਦਾ ਪ੍ਰੋਗਰਾਮ ਸੀ, ਉਹਦੇ 'ਚ ਸਤਿੰਦਰ ਸੱਤੀ ਦਾ ਨਾਮ ਇੰਨਾ ਕੁ ਪੰਜਾਬ ਦੇ ਵਿੱਚ ਮਕਬੂਲ ਹੋ ਗਿਆ ਸੀ ਵੀ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਤਿੰਦਰ ਸੱਤੀ ਨੂੰ ਜਾਣਨ ਲੱਗ ਪਏ ਸੀ, ਅਤੇ ਕਿੰਨੇ ਸਾਲ ਤੁਸੀਂ ਉਸ ਸ਼ੋਅ ਨੂੰ ਦਿੱਤੇ ਆ? ਮੈਂ ਪੜ੍ਹਦੀ ਸੀ ਪਲੱਸ 2 'ਚ, ਫਸਟ ਈਅਰ 'ਚ ਸੀਗੀ ਜਦੋਂ ਮੈਂ ਲਿਸ਼ਕਾਰਾ ਸ਼ੁਰੂ ਕੀਤਾ। ਆਲਮੋਸਟ ਮੈਂ 5 ਸਾਲ ਉਹ ਕੀਤਾ ਲਿਸ਼ਕਾਰਾ, 2004 ਕਿ 2005 2007 ਤੱਕ ਕੀਤਾ, ਲੇਕਿਨ ਮੈਂ 2004 'ਚ ਫਿਰ ਸੈਟੇਲਾਈਟ ਚੈਨਲਸ ਵੱਲ ਡਿਵਰਟ ਹੋ ਗਈ ਸੀ। ਅਤੇ ਜਿਸ ਤਰ੍ਹਾਂ ਪੰਜਾਬੀ ਇੰਡਸਟਰੀ ਦੇ ਜਿਹੜੇ ਐਕਟਰਸ ਜਾਂ ਸਿੰਗਰਸ ਨੇ, ਉਹਨਾਂ ਨੇ ਬਾਲੀਵੁੱਡ ਵੱਲੋਂ ਆਫਰ ਆ ਰਹੇ ਨੇ, ਉੱਧਰ ਮੂਵ ਹੋ ਰਹੇ ਨੇ, ਅਤੇ ਤੁਸੀਂ ਵੀ ਕੋਈ ਕਦੇ ਵਿਚਾਰ ਕੀਤਾ? ਮੈਂ ਸੋਨੀ ਟੀਵੀ 'ਤੇ ਇੱਕ ਸੀਰੀਅਲ ਕੀਤਾ ਸੀਗਾ, ਸਿਨਵਿਸਟਾ ਵੱਲੋਂ, ਸ਼ੱਕ ਮਨਾਲੀ 'ਚ ਹੋਇਆ ਸੀ, ਉਹਦੇ ਉਹਨਾਂ ਨੇ ਪ੍ਰੋਡਿਊਸ ਕੀਤਾ ਸੀਗਾ। ਉਸ ਤੋਂ ਬਾਅਦ ਇੱਕ ਕਲਰਸ 'ਤੇ ਸੀਗਾ, ਲੇਕਿਨ ਉਹ ਉੱਧਰ ਗੁਜਰਾਤ 'ਚ ਸ਼ੂਟ ਸੀਗਾ, ਪਾਰਟੀਸ਼ਨ ਦੇ ਉੱਪਰ ਸੀਗਾ। 2-3 ਐਪੀਸੋਡ ਕੀਤੇ ਸੀ, ਲੇਕਿਨ ਮੈਨੂੰ ਬਹੁਤ ਬੋਰਿੰਗ ਲੱਗਦਾ ਸੀ ਸੀਰੀਅਲ ਕਰਨਾ, ਨਾਲੇ ਮੇਰਾ ਕੰਮ, ਮੈਂ ਬੇਹੱਦ ਬਿਜ਼ੀ ਸੀਗੀ ਪੰਜਾਬ ਦੇ ਵਿੱਚ, ਸੋ ਉਹ ਮੈਂ ਨਹੀਂ ਕੀਤਾ। ਪਰ ਉਸ ਤੋਂ ਇਲਾਵਾ ਮੈਂ ਸ਼ੋਜ਼ ਕਾਫੀ ਕਰਦੀ ਰਹਿੰਦੀ ਹਾਂ, ਬਹੁਤ ਸਾਰੀਆਂ ਹੋਰ ਚੀਜ਼ਾਂ ਕਰਦੀ ਰਹਿੰਦੀ ਹਾਂ। ਕਮਰਸ਼ੀਅਲ ਕੀਤੇ, ਸਨਫੀਸਟ ਦਾ ਕੀਤਾ ਹੈ, ਸ਼ਾਂਤੀ ਆਵਲਾ ਦਾ ਕੀਤਾ ਹੈ।
ਸਤਿੰਦਰ ਸੱਤੀ ਜੀ ਨਾਲ ਆਪਾਂ ਇਸ ਤਰ੍ਹਾਂ ਹੀ ਗੱਲਬਾਤ ਕਰਦੇ ਰਹਾਂਗੇ। ਹੁਣ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਤੁਹਾਨੂੰ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਾਣੀ ਸਾਊਂਡ ਸੋਲੂਸ਼ਨ ਫਾਰ ਯੂ ਆਲ ਜਿੰਗਲਸ, रेडियो शोज एंड कमर्शियल्स, आपकी हर साउंड रिलेटेड प्रोडक्शन का जिम्मा खुशी खुशी लेने को हर दम तैयार है। कॉन्टैक्ट वानी साउंड सोल्यूशन @gmail.com। वानी साउंड सोल्यूशन फॉर योर ऑल जिंगल्स, रेडियो शोज एंड कमर्शियल्स। ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਸਟਾਰ ਡਾਇਰੀਜ਼ ਵਿੱਚ, ਅਤੇ ਅੱਜ ਸਾਡੇ ਨਾਲ ਨੇ ਸਤਿੰਦਰ ਸੱਤੀ ਜੀ। ਸੱਤੀ ਜੀ, ਤੁਸੀਂ ਬਹੁਤ ਸਾਰੇ ਸਟਾਰਸ ਦੇ ਨਾਲ ਕੰਮ ਕੀਤਾ ਆ ਇੰਡਸਟਰੀ ਦੇ ਵਿੱਚ, ਪਰ ਇਸ ਪ੍ਰੋਫੈਸ਼ਨ ਤੋਂ ਆਉਣ ਤੋਂ ਪਹਿਲਾਂ ਤੁਸੀਂ ਕਿਸੇ ਸਟਾਰ ਜਾਂ ਗਾਇਕ ਕਿਸ ਦੇ ਜ਼ਿਆਦਾ ਫੈਨ ਸੀਗੇ? ਮੈਂ ਹੰਸ ਭਾਈ ਦੀ ਬਹੁਤ ਫੈਨ ਸੀ। ਅੱਛਾ ਜੀ। ਬਹੁਤ ਉਹਨਾਂ ਦਾ ਕਰੇਜ਼ ਸੀ ਉਦੋਂ ਸਾਡੇ ਸਾਰੇ ਯੰਗਸਟਰਸ ਦੇ ਵਿੱਚ। ਔਰ ਮੈਨੂੰ ਯਾਦ ਹੈ ਕਿ ਯੂਨੀਵਰਸਿਟੀ ਤੋਂ ਡਾਕਟਰ ਲਖਵਿੰਦਰ ਚੌਲ, ਜੋ ਮੇਰੇ ਪਹਿਲੇ ਪ੍ਰੋਡਿਊਸਰ ਡਾਇਰੈਕਟਰ ਸੀ ਔਰ ਜਿਨ੍ਹਾਂ ਨੇ ਮੈਨੂੰ ਬ੍ਰੇਕ ਦਿੱਤਾ ਲਿਸ਼ਕਾਰੇ ਦਾ, ਉਹਨਾਂ ਨੇ ਵੀ ਮੈਨੂੰ ਇਹੀ ਸਵਾਲ ਪੁੱਛਿਆ ਵੀ ਕਿਹਦੀ ਤੂੰ ਸਭ ਤੋਂ ਜ਼ਿਆਦਾ ਫੈਨ ਹੈ। ਮੈਂ ਉਹਨਾਂ ਨੂੰ ਕਿਹਾ ਮੈਂ ਹੰਸਰਾਜ ਹੰਸ ਦੀ ਬਹੁਤ ਫੈਨ ਹਾਂ, ਔਰ ਮੈਂ ਆਪਣੀ ਇੰਟਰਵਿਊਸ 'ਚ ਵੀ ਇਹ ਗੱਲ ਕਹੀ ਸੀਗੀ। ਅਤੇ ਉਹਨਾਂ ਨੇ ਫਿਰ ਮੇਰੇ ਪਹਿਲੇ ਲਿਸ਼ਕਾਰਾ ਪ੍ਰੋਗਰਾਮ 'ਤੇ ਹੰਸ ਭਾਜੀ ਨੂੰ ਪਰਫੋਰਮ ਕਰਨ ਵਾਸਤੇ ਸੱਦਿਆ ਸੀ, ਮੈਨੂੰ ਸਰਪ੍ਰਾਈਜ਼ ਦਿੱਤਾ ਸੀ। ਉਹ ਪਹਿਲੀ ਮੇਰੀ ਮੁਲਾਕਾਤ ਸੀ ਹੰਸ ਭਾਈ ਦੇ ਨਾਲ। ਉਸ ਤੋਂ ਬਾਅਦ ਅਸੀਂ ਮੈਂ ਹੰਸ ਭਾਈ ਦੇ ਨਾਲ ਸ਼ੋਅ ਵੀ ਐਂਕਰ ਕੀਤਾ, ਬਹੁਤ ਸਾਰਾ ਕੰਮ ਕੀਤਾ ਮੈਂ ਅਤੇ ਹੰਸ ਜੀ ਨੇ, ਪੂਰੇ ਵਰਲਡ ਦੇ ਵਿੱਚ ਟੂਰ ਵੀ ਕੀਤੇ ਨੇ। ਲੇਕਿਨ ਉਹ ਮੇਰੇ ਬੜੇ ਫੇਵਰੇਟ ਪਸੰਦੀਦਾ ਫਨਕਾਰਾਂ ਦੇ ਵਿੱਚੋਂ ਸੀਗੇ, ਉਹਨਾਂ ਦੀ ਪਰਫੋਰਮੈਂਸ, ਉਹਨਾਂ ਦੀ ਅਦਾਇਗੀ। ਗੁਰਦਾਸ ਮਾਨ ਸਾਹਿਬ ਮੇਰੇ ਬੜੇ ਫੇਵਰੇਟ ਸਨ। ਗੁਰਦਾਸ ਮਾਨ, ਐਕਚੁਅਲੀ ਮੇਰਾ ਸੱਤੀ ਨਾਮ ਗੁਰਦਾਸ ਭਾਈ ਨੇ ਰੱਖਿਆ। ਪ੍ਰੀਤੀ ਸਪਰੂ, ਉਹਨਾਂ ਨੇ ਮੈਨੂੰ ਪਹਿਲੇ ਪ੍ਰੋਗਰਾਮ 'ਤੇ ਜਿਹੜਾ ਅਜੀਤ ਸੱਭਿਆਚਾਰਕ ਮੇਲਾ ਸੀ ਉੱਥੇ ਦੇਖਿਆ ਸੀ, ਅਤੇ ਉਦੋਂ ਮੇਰਾ ਨਾਮ ਸਤਿੰਦਰ ਕੌਰ ਹੀ ਸੀ। ਅਤੇ ਪ੍ਰੀਤੀ ਦੀਦੀ ਨੂੰ ਬੜਾ ਔਖਾ ਲੱਗਦਾ ਹੁੰਦਾ ਸੀਗਾ ਸਤਿੰਦਰ, ਅਤੇ ਉਹਨਾਂ ਨੇ ਸੱਤੀ ਕਹਿਣਾ ਸ਼ੁਰੂ ਕਰ ਦਿੱਤਾ, ਅਤੇ ਮਤਲਬ ਛੋਟਾ। ਅਤੇ ਗੁਰਦਾਸ ਭਾਈ ਦੇ ਘਰ ਜਦੋਂ ਅਸੀਂ, ਮੈਂ ਬੋਂਬੇ ਗਈ, ਉਹਨਾਂ ਨੇ ਮੈਨੂੰ ਇੱਕ ਸੀਰੀਅਲ ਲਈ ਸਾਈਨ ਕੀਤਾ ਸੀ, ਅਤੇ ਮੈਂ ਉਹਨਾਂ ਨੂੰ, ਮੈਂ ਕਿਹਾ ਵੀ ਮੈਂ ਗੁਰਦਾਸ ਮਾਨ ਨੂੰ ਮਿਲਣਾ। ਫਿਰ ਉਹਨਾਂ ਦੇ ਘਰ, ਗੁਰਦਾਸ ਭਾਈ ਦੇ ਘਰ ਅਸੀਂ ਮਿਲਣ ਲਈ ਜਦੋਂ ਗਏ, ਅਤੇ ਉਹਨਾਂ ਨੇ ਇੰਟਰਡਿਊਸ ਕਰਾਇਆ, ਅਤੇ ਮੈਂ ਕਹਿੰਦੀ ਮੇਰਾ ਨਾਮ ਸਤਿੰਦਰ। ਫਿਰ ਕਹਿੰਦੇ ਨਹੀਂ, ਅੱਜ ਤੋਂ ਬਾਅਦ ਲੋਕ ਤੈਨੂੰ ਸੱਤੀ ਕਹਿਣ ਕਰਨਗੇ। ਫਿਰ ਬੇਸਿਕਲੀ ਗੁਰਦਾਸ ਭਾਈ ਅਤੇ ਪ੍ਰੀਤੀ ਦੀਦੀ ਨੇ ਦੋਵਾਂ ਨੇ ਮੈਨੂੰ ਇਹ ਨਾਮ ਦਿੱਤਾ, ਅਤੇ ਉਸ ਨਾਮ ਨੇ ਪੂਰੀ ਦੁਨੀਆ 'ਚ ਬੜੀ ਮੈਨੂੰ ਮਕਬੂਲੀਅਤ ਹੋਈ। ਮੈਂ ਇੱਕ ਕਵਿਤਾ ਵੀ ਲਿਖੀ ਸੀ ਵੀ, ਤਜੁਰਬੇ ਨਾਲ ਨਹੀਂ ਆਉਂਦੀ ਅਕਲ ਕਦੇ, ਪਰ ਅਕਲ ਨਾਲ ਤਜੁਰਬਾ ਆ ਹੀ ਜਾਂਦਾ ਹੈ। ਬੰਦਾ ਚੰਗਾ ਜਾਂ ਮੰਦਾ ਨਹੀਂ ਹੁੰਦਾ, ਬੰਦਾ ਜਦੋਂ ਆਪਣੀ ਆਈ 'ਤੇ ਆਉਂਦਾ ਅਤੇ ਆ ਹੀ ਜਾਂਦਾ ਹੈ। ਸਤਿੰਦਰ ਤੋਂ ਸੱਤੀ ਬਣੀ ਅਤੇ ਸ਼ੌਹਰਤਾਂ ਦੇ ਅੰਬਾਰ ਲੱਗ ਗਏ, ਕਦੀ ਕਦੀ ਕੋਈ ਨਾਂ ਵੀ ਮੇਚ ਬੰਦੇ ਨੂੰ ਇੰਜ ਆ ਹੀ ਜਾਂਦਾ ਹੈ। ਸੋ ਇਸ ਨਾਂ ਨੇ ਬੜੀ ਬਰਕਤ ਦਿੱਤੀ ਹੈ ਮੈਨੂੰ। ਅਤੇ ਤੁਹਾਡੀ ਪ੍ਰੋਫੈਸ਼ਨ ਵਾਲੀ ਕੋਈ ਅਜਿਹੀ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ, ਤੁਹਾਡੇ ਪ੍ਰੋਫੈਸ਼ਨ ਦੇ ਵਿੱਚ ਜਿਹੜੀ ਕਿ ਨਾ ਪਤਾ ਹੋਵੇ ਕਿਸੇ ਨੂੰ? ਵੈਸੇ ਤਾਂ ਕਲਾਕਾਰ ਦੀਆਂ ਗੱਲਾਂ ਜਿਹੜੀਆਂ ਕਲਾਕਾਰ ਨੂੰ ਘੱਟ ਪਤਾ ਹੁੰਦੀਆਂ ਅਤੇ ਲੋਕਾਂ ਨੂੰ ਜ਼ਿਆਦਾ ਪਤਾ ਹੁੰਦੀਆਂ ਨੇ, ਕਿਉਂਕਿ ਅਸੀਂ ਇੰਨੇ ਪ੍ਰੋਗਰਾਮ ਕਰੀਦੇ ਨੇ, ਕਰਕੇ ਬੰਦਾ ਭੁੱਲ ਜਾਂਦਾ, ਪਰ ਲੋਕ ਯਾਦ ਰੱਖਦੇ ਨੇ। ਹਰ ਦੇਖੋ, ਹਰ ਪ੍ਰੋਗਰਾਮ ਦੀ ਆਪਣੀ ਇੱਕ ਤਾਸੀਰ ਹੁੰਦੀ ਹੈ, ਆਪਣੀ ਇੱਕ ਉਹਦਾ ਆਪਣਾ ਫਲੇਵਰ ਹੁੰਦਾ। ਮੈਂ ਤਾਰਿਕ ਅਜ਼ੀਜ਼ ਸਾਹਿਬ ਨੂੰ ਬੜਾ ਮੰਨਦੀ ਹਾਂ। ਨਿਲਾਮ ਕਰ, ਮੈਂ ਛੋਟੀ ਜਿਹੀ ਹੁੰਦੀ ਸੀ, 5ਵੀਂ 6ਵੀਂ 'ਚ, ਅਤੇ ਮੈਂ ਦੇਖਦੀ ਹੁੰਦੀ ਸੀ ਇੱਕ ਮਤਲਬ ਪਠਾਨ ਟਾਈਪ ਬੰਦਾ ਜਿਹੜਾ ਸਟੇਜ 'ਤੇ ਆਉਂਦਾ ਸੀ ਅਤੇ ਅੱਗ ਲਾ ਦਿੰਦਾ ਸੀ, ਮੈਨੂੰ ਬੜਾ ਇੰਸਪਾਇਰਿੰਗ ਲੱਗਦੇ ਸੀ। ਅਤੇ ਮੈਂ ਦਿਲੋਂ ਦਿਲੋਂ ਮਤਲਬ, ਮੈਨੂੰ ਕੋਈ ਪੁੱਛਦਾ ਸੀ ਕਿ ਤੁਸੀਂ ਐਂਕਰਿੰਗ 'ਚ ਕਿਹਨੂੰ ਮੰਨਦੇ ਹੋ, ਅਤੇ ਮੈਂ ਤਾਰਿਕ ਅਜ਼ੀਜ਼ ਸਾਹਿਬ ਨੂੰ ਮੰਨਦੀ ਹਾਂ ਅਦਾਇਗੀ 'ਚ।
ਬੋਲ ਚਾਲ ਤੇ ਅਦਾਇਗੀ ਦੇ ਵਿੱਚ, ਤੇ ਮੈਨੂੰ ਮੌਕਾ ਮਿਲਿਆ 2005-06 ਦੇ ਵਿੱਚ ਪਟਿਆਲਾ ਯੂਨੀਵਰਸਿਟੀ ਵਿੱਚ ਦੋਨੋਂ ਪੰਜਾਬਾਂ ਦੇ CM ਆਏ ਸੀਗੇ, ਵਰਲਡ ਪੰਜਾਬੀ ਕਾਨਫਰੰਸ ਸੀਗੀ, ਵਰਲਡ ਕਾਨਫਰੰਸ ਸੀਗੀ ਪੰਜਾਬੀ ਦੀ, ਤੇ ਉਹਦੇ ਵਿੱਚ ਤਾਰਿਕ ਅਜ਼ੀਜ਼ ਸਾਹਿਬ ਆਏ ਸੀ। ਅੱਛਾ, ਮੈਂ ਉੱਥੇ, ਮੈਨੂੰ ਕਿਸੇ ਨੇ ਦੱਸਿਆ ਕਿ ਤਾਰਿਕ ਅਜ਼ੀਜ਼ ਸਾਹਿਬ ਆਏ ਨੇ, ਮੈਂ ਪਰਫੋਰਮ ਕੀਤਾ ਅਤੇ ਮੈਂ ਉਹਨਾਂ ਨੂੰ ਦੱਸਿਆ ਵੀ, ਅਤੇ ਮੈਂ ਚਲੀ ਗਈ ਉਸ ਤੋਂ ਬਾਅਦ ਪ੍ਰੋਗਰਾਮ ਕਰਕੇ। ਫਿਰ ਉਹਨਾਂ ਨੇ ਬਾਅਦ ਵਿੱਚ ਸਟੇਜ 'ਤੇ ਆ ਕੇ ਬੋਲਿਆ ਸੀਗਾ ਕਿ ਇਹ ਕੁੜੀ ਪੰਜਾਬ ਦੀ ਨਹੀਂ ਬਲਕਿ ਏਸ਼ੀਆ ਦੀ ਸਭ ਤੋਂ ਬਿਹਤਰੀਨ ਐਂਕਰ ਹੈ, ਮੈਂ ਇੰਨੀ ਅੱਛੀ ਅਦਾਇਗੀ ਵਾਲੀ ਕੋਈ ਕੁੜੀ ਨਹੀਂ ਦੇਖੀ। ਸੋ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਪਲੀਮੈਂਟ ਸੀ, ਔਰ ਉਹ ਪ੍ਰੋਗਰਾਮ ਮੇਰੇ ਲਈ ਬਹੁਤ ਮਾਇਨੇ ਰੱਖਦਾ ਅੱਜ। ਅਤੇ ਤੁਹਾਡਾ ਕੋਈ ਲੇਟੈਸਟ ਪ੍ਰੋਜੈਕਟ ਜਿਸ ਬਾਰੇ ਤੁਸੀਂ ਕੋਈ ਦੱਸਣਾ ਚਾਹੋਗੇ? ਮੇਰੀ ਫਿਲਮ ਦਾ ਯੂਥ ਆ ਰਹੀ ਹੈ, ਉਹ ਆਲਮੋਸਟ ਕੰਪਲੀਟ ਹੈ, ਸ਼ਾਇਦ ਔਗਸਟ ਸੈਪਟੈਂਬਰ ਅਕਤੂਬਰ ਦੇ ਵਿੱਚ ਰਿਲੀਜ਼ ਵੀ ਕਰ ਦੇਵਾਂਗੇ। ਡਰੱਗਸ ਦੇ ਉੱਪਰ ਹੈ, ਕਿਉਂਕਿ ਮੈਨੂੰ ਲੱਗਦਾ ਕਿ ਅੱਜ ਪੂਰਾ ਪੰਜਾਬ ਜਿੱਥੇ ਨਸ਼ਿਆਂ ਦੀ ਗੱਲ ਹੋ ਰਹੀ ਹੈ, ਪਰ ਉਹਦੇ ਨਾਲ ਇੱਕ ਗੱਲ ਹੋਰ ਵੀ ਹੈ, ਲੋਕ ਅੱਜ ਕਹਿ ਰਹੇ ਨੇ ਕਿ 70% ਯੂਥ ਜਿਹੜਾ ਨਸ਼ਿਆਂ ਦੇ ਵਿੱਚ ਹੈ, ਜੇ 70% ਯੂਥ ਨਸ਼ਿਆਂ ਦੇ ਵਿੱਚ ਹੈ ਤਾਂ ਫਿਰ ਯੁਵਰਾਜ ਸਿੰਘ, ਸਰਦਾਰਾ ਸਿੰਘ, ਹਰਭਜਨ ਸਿੰਘ, ਦਲਜੀਤ ਦੋਸਾਂਝ, ਇਹ ਲੋਕ ਕਿੱਥੋਂ ਨਿਕਲੇ ਨੇ? ਸੋ ਮੈਂ ਇਹ ਮੰਨਦੀ ਹਾਂ ਕਿ ਨਸ਼ੇ ਹੈਗੇ ਨੇ ਪੰਜਾਬ ਵਿੱਚ, ਪਰ ਹਰ ਬੰਦਾ ਨਸ਼ਈ ਨਹੀਂ ਹੈ, ਇਹ ਮੈਂ ਮੰਨਦੀ ਹਾਂ। ਮੈਂ ਇੱਕ ਐਂਟੀ ਯੂਥ, ਐਂਟੀ ਡਰੱਗ ਮੂਵਮੈਂਟ ਵੀ ਕਰਨਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਇਹ ਜ਼ਿੰਮੇਵਾਰੀ ਬਣਦੀ ਹੈ ਹਰ ਨੌਜਵਾਨ ਦੀ, ਕਿ ਜਦੋਂ ਤੁਹਾਡੀ ਸਟੇਟ 'ਤੇ ਕੋਈ ਵਿਪਤਾ ਆਉਂਦੀ ਹੈ ਤਾਂ ਤੁਹਾਨੂੰ ਉਹਦਾ ਮੁਕਾਬਲਾ ਕਰਨਾ ਚਾਹੀਦਾ। ਸੋ ਮੈਂ ਚਾਹੁੰਦੀ ਹਾਂ ਕਿ ਸਾਡੀ ਸਟੇਟ ਜਿਹੜੀ ਉਹ ਡਰੱਗ ਫਰੀ ਸਟੇਟ ਅਨਾਊਂਸ ਹੋਏ, ਦੁਬਾਰਾ ਤੋਂ ਇੱਥੇ ਕੰਮ ਹੋਵੇ, ਸਾਡੇ ਨੌਜਵਾਨਾਂ ਨੂੰ ਇਸ ਕਰਕੇ ਨਾ ਕੱਢ ਦਿੱਤਾ ਜਾਏ ਕਿ ਇਹ ਨਸ਼ਈਆਂ ਦੀ ਕੌਮ ਹੈ। ਸੋ ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਦਿਲੋਂ ਦੁੱਖ ਹੈ ਇਸ ਚੀਜ਼ ਦਾ ਕਿ ਪੰਜਾਬ ਜਿਹੜਾ ਉਸ ਦੇ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਤਾਂ ਕਿ ਨਸ਼ੇ ਮੁਕਤ ਹੋ ਸਕੇ। ਰੀਸੈਂਟਲੀ ਤੁਸੀਂ ਆਪਣਾ ਇੱਕ ਬ੍ਰਾਂਡ ਲਾਂਚ ਕੀਤਾ ਹੈ ਨੇ ਰਗੀਨਾ, ਉਹਦੇ ਬਾਰੇ ਕੁਝ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੈਂ ਬਹੁਤ ਸਾਰੇ ਤੁਹਾਨੂੰ ਦੱਸਿਆ, ਮਲਟੀ ਟਾਸਕਿੰਗ ਹਾਂ ਮੈਨੂੰ, ਮੈਂ ਹਰ ਬੜੇ ਕੰਮ ਕਰਦੀ ਹਾਂ, ਕਿਉਂਕਿ ਮੈਂ ਇੱਕ ਕੰਮ ਤੋਂ ਬਾਅਦ ਜਲਦੀ ਮੈਨੂੰ ਲੱਗਦਾ ਕਿ ਹੋਰ ਕੀ ਹੈ ਨੈਕਸਟ, ਮੈਂ ਆਪਣੇ ਲਈ ਚੈਲੇਂਜਿਸ ਆਪ ਹੀ ਪੈਦਾ ਕਰਦੀ ਹਾਂ। ਅਤੇ ਉਹਦੇ ਵਿੱਚ ਇਹ ਹੈ ਕਿ ਮੈਂ ਨੇ ਰਗੀਨਾ, ਮਤਲਬ ਇਟੈਲੀਅਨ ਨੇਮ ਹੈ, ਬੀ ਕੁਈਨ, ਅਸੀਂ ਮੇਰੇ ਮਦਰ ਇੱਕ ਅਸੈਸਰੀ ਸਟੋਰ ਚਲਾਉਂਦੇ ਬਟਾਲੇ ਦੇ ਵਿੱਚ, ਜਿਊਲਰੀ ਅਤੇ ਹੈਂਡਬੈਗਸ ਦਾ। ਸੋ ਉਹਦੇ 'ਚ ਮੈਨੂੰ ਇਹ, ਅਸੀਂ 4-5 ਸਾਲ ਬੈਗਸ ਦਾ ਚਲਾਉਣ ਤੋਂ ਬਾਅਦ ਵੇਖਿਆ ਕਿ ਜਿਹੜਾ WHO ਦੀ ਰਿਪੋਰਟ ਹੈ ਉਹਦੇ ਅਨੁਸਾਰ ਬਹੁਤ ਸਾਰਾ ਜਿਹੜਾ ਕੈਂਸਰ ਹੁੰਦਾ ਲੇਡੀਜ਼ ਨੂੰ, ਉਹ ਜਿਹੜਾ ਉਹਦੇ ਕਾਰਨ ਬੈਗਸ ਵੀ ਹੁੰਦੇ ਨੇ। ਸੋ ਮੈਨੂੰ ਲੱਗਾ ਕਿ ਲੈਦਰ ਤੋਂ ਬਿਨਾਂ ਜਾਨਵਰਾਂ ਦੀ, ਮੈਂ ਆਈ ਲਵ ਐਨੀਮਲਸ, ਸੋ ਮੈਨੂੰ ਲੱਗਦਾ ਸੀਗਾ ਕਿ ਸਾਨੂੰ ਜਾਨਵਰਾਂ ਨੂੰ ਬਚਾਉਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ, ਰੁੱਖ ਵੀ ਨਹੀਂ ਰਹਿਣੇ ਅਤੇ ਜਾਨਵਰ ਵੀ ਨਹੀਂ ਰਹਿਣੇ, ਬੰਦੇ ਬੰਦੇ ਨੂੰ ਉੱਦਾਂ ਹੀ ਨਹੀਂ ਵੇਖ ਸਿਖਾਉਂਦੇ, ਅਤੇ ਇਹ ਤਾਂ ਔਖਾ ਹੀ ਕੰਮ ਹੋ ਜਾਣਾ। ਸੋ ਮੈਂ ਵਾਈਲਡ ਸੇਫ ਵਾਈਲਡ ਲਾਈਫ ਐਂਡ ਬੀ ਵੈਗਨ ਉਹ ਨਾਮ ਰੱਖਿਆ, ਕਿ ਜਿੱਦਾਂ ਅਸੀਂ ਵੈਜੀਟੇਰੀਅਨ ਹਾਂ, ਅਸੀਂ ਲਾਈਫ ਸਟਾਈਲ ਅੱਛਾ ਕਰਦੇ ਹਾਂ, ਅਸੀਂ ਉਹ ਚੀਜ਼ਾਂ ਕਿਉਂ ਨਾ ਕੈਰੀ ਕਰੀਏ ਜਿਹੜੀ ਸਾਡੀ ਜ਼ਿੰਦਗੀ ਲਈ, ਸਿਹਤ ਲਈ ਚੰਗੀਆਂ। ਸੋ ਅਸੀਂ ਪਹਿਲਾ ਜਿਹੜਾ ਬੈਗ ਹੈ ਵੈਗਨ ਬੈਗਸ ਦੇ ਨਾਮ ਦੇ ਨਾਲ, ਨੇ ਰਗੀਨਾ ਦੇ ਨਾਮ ਨਾਲ ਉਹ ਲਾਂਚ ਕੀਤਾ, ਜਿਹਦੀ ਵੈਬਸਾਈਟ ਵੀ ਅਸੀਂ satikollection.com ਜਿਹੜੀ ਉਹ ਲਾਂਚ ਕੀਤੀ ਹੈ, ਜਿਹਦੇ ਵਿੱਚ ਜਿਊਲਰੀ ਡਿਜ਼ਾਇਨਰ ਅਤੇ ਹੈਂਡਬੈਗ ਸਾਡਾ ਮੇਨ ਫੋਲੋ ਉਹ ਕਰ ਰਹੇ ਹਾਂ। ਅਤੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਉਹ ਔਰਤਾਂ ਦੇ ਲਈ ਫਾਇਦੇਮੰਦ ਹੈ, ਇਸ ਤਰ੍ਹਾਂ ਦੇ ਤੁਸੀਂ ਹੋਰ ਵੀ ਪ੍ਰੋਡਕਟਸ ਉਹਦੇ ਫਿਰ ਲਾਂਚ ਕਰੋ? ਹਾਂਜੀ, ਇਹ ਸਾਡਾ ਕਿਉਂਕਿ ਨਵਾਂ ਹੈ ਮੇਰੇ ਲਈ, ਮੈਂ ਕਦੀ ਬਿਜ਼ਨਸ ਕੀਤਾ ਨਹੀਂ ਹੈ, ਮੇਰਾ ਪਹਿਲਾ ਵੈਂਚਰ ਹੈ, ਸੋ ਇਹ ਥੋੜ੍ਹਾ ਫੋਕਸ, ਥੋੜ੍ਹਾ ਟਾਈਮ ਚਾਹੀਦਾ, ਉਸ ਤੋਂ ਬਾਅਦ ਅਸੀਂ 2-4 ਚੀਜ਼ਾਂ ਹੋਰ ਵੀ ਲਾਂਚ ਕਰਾਂਗੇ ਇਸ ਮਟੀਰੀਅਲ ਦੇ ਵਿੱਚ। ਜਿਸ ਤਰ੍ਹਾਂ ਕਿ ਸਤੀ ਜੀ ਨੇ ਦੱਸਿਆ ਕਿ ਇਹਨਾਂ ਦੇ ਬ੍ਰਾਂਡ ਦੇ ਬਣੇ ਹੋਏ ਪ੍ਰੋਡਕਟਸ ਔਰਤਾਂ ਦੀ ਹੈਲਥ ਪ੍ਰੋਬਲਮਸ ਤੋਂ ਉਹਨਾਂ ਨੂੰ ਕਿਵੇਂ ਬਚਾਉਂਦੇ ਨੇ, ਇਸ ਦੇ ਬਾਰੇ ਆਪਾਂ ਹੋਰ ਵੀ ਜਾਣਾਂਗੇ ਇਸ ਬ੍ਰੇਕ ਦੇ ਵਿੱਚ।
ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਸਟਾਰ ਡਾਇਰੀਜ਼ ਵਿੱਚ, ਅਤੇ ਅੱਜ ਸਾਡੇ ਨਾਲ ਨੇ ਸਤਿੰਦਰ ਸੱਤੀ ਜੀ। ਸੱਤੀ ਜੀ, ਤੁਸੀਂ ਅੱਜ ਤੱਕ ਵੀ ਸਿੰਗਲ ਹੋ, ਜਿਸ ਤਰ੍ਹਾਂ ਕਿ ਆਪਣੀ ਪੰਜਾਬੀ ਫੈਮਿਲੀਜ਼ ਨੂੰ ਬਹੁਤ ਫਿਕਰ ਹੁੰਦਾ ਹੈ ਕਿ ਬੱਚੇ ਦੀ ਸ਼ਾਦੀ ਜਾਂ ਉਹਦਾ ਵਿਆਹ ਜਲਦੀ ਕੀਤਾ ਜਾਵੇ, ਅਤੇ ਤੁਹਾਡੇ ਘਰਦਿਆਂ ਨੇ ਕਦੇ ਫੋਰਸ ਨਹੀਂ ਕੀਤਾ ਵੀ? ਕਿਹਦੇ ਘਰ ਦੇ ਫੋਰਸ ਨਹੀਂ ਕਰਦੇ? ਦੇਖੋ, ਲਤਾ ਮੰਗੇਸ਼ਕਰ ਜੀ ਨੂੰ ਇਹ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਲਤਾ ਜੀ ਆਪਣੀ ਸ਼ਾਦੀ ਕਿਉਂ ਨਹੀਂ ਕਰਵਾਈ, ਅਤੇ ਲਤਾ ਜੀ ਨੇ ਉਹਨਾਂ ਦਾ ਜਵਾਬ ਮੈਨੂੰ ਬੜਾ ਅੱਛਾ ਲੱਗਦਾ। ਉਹ ਕਹਿੰਦੇ, ਅਗਰ ਮੈਂ ਸ਼ਾਦੀ ਕਰਵਾ ਲਿੱਤੀ ਤਾਂ ਮੈਂ ਲਤਾ ਮੰਗੇਸ਼ਕਰ ਨਹੀਂ ਹੁੰਦੀ, ਮੈਂ ਵਿਆਹ ਕਰਾ ਲੈਂਦੀ ਅਤੇ ਅੱਜ ਪੰਜਾਬੀਆਂ ਕੋਲ ਸਤਿੰਦਰ ਸੱਤੀ ਨਹੀਂ ਹੁੰਦੇ। ਕਿਉਂਕਿ ਕਲਾ ਬਹੁਤ ਸਾਰਾ ਟਾਈਮ ਮੰਗਦੀ ਹੈ, ਇਹ 24 hour ਜੋਬ ਹੈ। ਇਸ ਕਰਕੇ ਨਹੀਂ ਕਿ ਮੈਨੂੰ ਪੈਸਿਆਂ, ਮੈਂ ਪੈਸਿਆਂ ਲਈ ਕੰਮ ਕਰਦੀ ਹਾਂ, ਮੈਂ ਤਹਿ ਦਿਲੋਂ ਪੰਜਾਬੀ ਇੰਡਸਟਰੀ ਲਈ ਕੰਮ ਕੀਤਾ, ਸ਼ਾਇਰੀ ਮੇਰੇ ਖੂਨ 'ਚ ਸੀ। ਮੈਂ ਕੁਛ ਇਹੋ ਜਿਹਾ ਕਰਨਾ ਚਾਹੁੰਦੀ ਸੀ ਜੋ ਪਹਿਲਾਂ ਨਾ ਹੋਇਆ ਹੋਏ, ਮੈਂ ਇਹੋ ਜਿਹੀ ਹਿਸਟਰੀ ਕ੍ਰੀਏਟ ਕਰਨਾ, ਮੇਰੇ ਅੰਦਰ ਸੀ ਕੁਛ ਕਿ ਮੈਂ ਇੱਦਾਂ ਹੀ ਜੰਮ ਕੇ ਮਰਨ ਲਈ ਪੈਦਾ ਨਹੀਂ ਹੋਈ, ਮੈਂ ਕੁਛ ਇਹੋ ਜਿਹਾ ਕਰਨ ਲਈ ਤਾਂ ਜ਼ਰੂਰ ਪੈਦਾ ਹੋਈ ਹਾਂ ਕਿ ਜਦੋਂ ਮੈਂ ਨਹੀਂ ਹੋਵਾਂਗੀ ਉਦੋਂ ਵੀ ਮੇਰਾ ਕੰਮ ਜਿਹੜਾ ਜ਼ਰੂਰ ਬੋਲੇਗਾ। ਸੋ ਮੈਂ ਪੂਰਾ ਫੋਕਸ, ਜਦੋਂ ਤੁਸੀਂ ਇੱਕ ਕੰਮ ਨੂੰ ਦਿੰਦੇ ਹੋ ਅਤੇ ਇੱਕ ਜ਼ਿੰਦਗੀ 'ਚ ਇੱਕ ਹੀ ਕੰਮ ਹੁੰਦਾ। ਸੋ ਇਹ ਨਹੀਂ ਕਿ ਮੈਂ ਵਿਆਹ ਦੇ ਇੰਸਟੀਟਿਊਸ਼ਨ ਦੇ ਖਿਲਾਫ ਹਾਂ, ਬਟ ਇੰਨੀ ਹਾਈ ਸਪੀਡ ਲਾਈਫ ਦੇ ਵਿੱਚ ਹੁਣ ਕੋਈ ਜਣਾ ਆ ਕੇ ਆਪ ਐਡਜਸਟ ਕਰ ਲਵੇ ਅਤੇ ਕਰ ਲਵੇ ਕਿ ਤੁਹਾਡੇ ਨਾਲ ਉਸੇ ਸਪੀਡ 'ਚ ਆ ਕੇ ਮਿਲ ਜਾਵੇ ਅਤੇ ਉਹ, ਕਿਉਂਕਿ ਆਰਟਿਸਟਾਂ ਦੀ ਲਾਈਫ ਬੜੀ ਸਪੀਡੀ ਲਾਈਫ ਹੁੰਦੀ ਹੈ। ਅੱਜ ਤੁਸੀਂ ਇੱਥੇ ਹੋ, ਕੱਲ੍ਹ ਨੂੰ ਤੁਸੀਂ ਪਤਾ ਨਹੀਂ ਕਿੱਥੇ ਹੋ, ਤੁਸੀਂ ਅੱਜ ਦੁਪਹਿਰ ਨੂੰ ਤੁਹਾਨੂੰ ਫੋਨ ਆ ਜਾਂਦਾ ਪ੍ਰੋਗਰਾਮ ਦਾ, ਜਾਂ ਤੁਸੀਂ ਕਿਧਰੇ ਜਾਣਾ, ਮੀਟਿੰਗ ਹੈ, ਅਤੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਸ਼ਾਮ ਦੀ ਫਲਾਈਟ ਫੜ ਕੇ ਅਮੈਰੀਕਾ ਚਲੇ ਜਾਂਦੇ ਹੋ। ਅਤੇ ਜਿਹੜਾ ਪਰਿਵਾਰ ਹੈ ਉਹ ਬੜੀ ਜ਼ਿੰਮੇਵਾਰੀ ਭਾਲਦਾ, ਜ਼ਿੰਮੇਵਾਰ ਅਸੀਂ ਆਪਣੇ ਕੰਮ 'ਚ ਬੜੇ ਹੁੰਦੇ ਹਾਂ, ਲੇਕਿਨ ਉਹਦੇ ਲਈ ਬਹੁਤ ਸਾਰੀਆਂ ਕੰਪਰੋਮਾਈਜ਼, ਬਹੁਤ ਸਾਰੀਆਂ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ। ਸੋ ਮੈਨੂੰ ਲੱਗਦਾ ਕਿ ਜਦੋਂ ਸਮਾਂ ਆਏਗਾ ਜਾਂ ਜਦੋਂ ਮੈਨੂੰ ਲੱਗੇਗਾ ਕਿ ਹਾਂ ਹੁਣ ਮੈਂ ਛੱਡ ਕੇ ਉਹ ਜ਼ਿੰਮੇਵਾਰੀਆਂ ਚੁੱਕ ਸਕਦੀ ਹੈ, ਕਿਉਂਕਿ ਮੈਂ ਇਹ ਮੰਨਦੀ ਹਾਂ ਕਿ ਜਿਹੜਾ ਕੰਮ ਕਰੋ ਉਹ ਪਰਫੈਕਸ਼ਨ ਨਾਲ ਕਰੋ। ਅੱਧਾ ਅਧੂਰਾ ਮੈਂ ਕੋਈ ਕੰਮ ਨਹੀਂ ਕੀਤਾ ਜ਼ਿੰਦਗੀ 'ਚ ਵੀ ਕੀਤਾ ਅਤੇ ਉਸ ਤੋਂ ਬਾਅਦ ਸੋਚਿਆ ਹੀ ਨਹੀਂ। ਸੋ ਮੈਂ ਹਰ ਕੰਮ ਨੂੰ ਪਰਫੈਕਟ ਕਰਨਾ ਚਾਹੁੰਦੀ ਹਾਂ। ਸੋ ਮੈਨੂੰ ਲੱਗਦਾ ਕਿ ਇੰਨੀ ਹਾਈ ਸਪੀਡ ਵਾਲੇ ਕਿਸੇ ਬੰਦੇ ਦੀ ਐਂਟਰੀ ਹੋਏਗੀ ਜੇ ਮਾਲਕ ਨੇ ਲਿਖਿਆ ਹੋਏਗਾ, ਨਹੀਂ ਤਾਂ ਫਿਰ ਜ਼ਿੰਦਗੀ ਜਿਹੜੀ ਬੜੀ ਖੂਬਸੂਰਤ ਹੈ ਆਪਣੇ ਆਪ ਦੇ ਵਿੱਚ। ਅਤੇ ਤੁਹਾਡੀ ਜ਼ਿੰਦਗੀ ਦਾ ਕੋਈ ਐਸਾ ਸਮਾਂ ਜਿਹਦੇ 'ਚ ਤੁਹਾਨੂੰ ਬਹੁਤ ਹੀ ਔਖਾ ਗੁਜ਼ਰਿਆ ਹੋਵੇ ਜਾਂ ਬਹੁਤ ਹੀ ਸਟਰਗਲ ਜਿਸ ਵਿੱਚ ਕਰਨਾ ਪਿਆ ਹੋਵੇ, ਕੋਈ ਪਲ ਇਸ ਤਰ੍ਹਾਂ ਦਾ ਸ਼ੇਅਰ ਕਰੋ? ਵੈਸੇ ਮਹਾਰਾਜ, ਬੜਾ ਮਾਲਕ ਮੇਰਾ ਪ੍ਰਭੂ ਬੜਾ ਦਿਆਵਾਨ ਰਿਹਾ ਕਿ ਮੈਨੂੰ ਜ਼ਿਆਦਾ ਕੰਮ ਨਹੀਂ ਕਰਨਾ ਪਿਆ, ਜ਼ਿਆਦਾ ਸਟਰਗਲ ਨਹੀਂ ਕਰਨੇ ਪਏ ਮੈਨੂੰ। ਮੈਂ ਬੜਾ ਸਹਿਜਤਾ ਨਾਲ ਕੰਮ ਕੀਤਾ ਅਤੇ ਲੋਕਾਂ ਨੇ ਉਸ ਕੰਮ ਨੂੰ ਐਕਸੈਪਟ ਕੀਤਾ, ਲੇਕਿਨ ਮੈਂ ਆਪਣੇ ਕੰਮ 'ਚ ਬੜੀ ਮਿਹਨਤ ਕੀਤੀ ਹੈ। ਮਤਲਬ ਮੈਂ ਜਦੋਂ ਕੋਈ ਵੀ ਪ੍ਰੋਗਰਾਮ ਕਰਦੀ ਹਾਂ ਤਾਂ ਮੈਨੂੰ ਤਾਂ ਕਿ ਇਹਦੇ 'ਚ ਮੈਂ ਹੋਰ ਬੈਟਰ ਕੀ ਕਰ ਸਕਦੀ ਹਾਂ, ਇਨੋਵੇਟਿਵ ਕੀ ਕਰ ਸਕਦੀ ਹਾਂ। ਮੈਂ ਕੱਪੜਿਆਂ ਤੋਂ ਲੈ ਕੇ, ਲੁੱਕਸ ਤੋਂ ਲੈ ਕੇ, ਆਪਣੇ ਬੋਲਣ ਤੋਂ ਲੈ ਕੇ, ਚਾਲ ਤੋਂ ਲੈ ਕੇ, ਹਰ ਚੀਜ਼ 'ਤੇ ਮਿਹਨਤ ਕੀਤੀ। ਮੇਰੀ ਟੀਮ ਬੜੀ ਅੱਛੀ ਜਿਨ੍ਹਾਂ ਨੇ ਇੰਨਾ ਕ੍ਰੀਏਟ ਕਰਕੇ ਰੱਖਿਆ ਹੋਇਆ। ਸੋ ਮੈਂ ਇਹ ਮੰਨਦੀ ਹਾਂ ਕਿ ਮੈਨੂੰ ਇੰਨਾ ਔਖਾ ਸਮਾਂ ਕਦੀ ਨਹੀਂ ਦੇਖਣਾ ਪਿਆ, ਕਿਉਂਕਿ ਮੇਰੇ ਪੇਰੈਂਟਸ ਨੇ ਮੈਨੂੰ ਬੜਾ ਸਪੋਰਟ ਕੀਤਾ, ਪੈਸਿਆਂ ਵੱਲੋਂ, ਗੱਡੀਆਂ ਵੱਲੋਂ। ਸੋ ਨਹੀਂ ਸੀ ਕਰਦੇ ਤਾਂ ਵੀ ਮਹਾਰਾਜ ਦਾ ਬੜਾ ਸ਼ੁਕਰ ਸੀ ਕਿ ਠੀਕ ਠਾਕ ਜੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਰਹੇ। ਅਤੇ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਦਰਸ਼ਕਾਂ ਨੂੰ ਇਹ ਹੈ ਕਿ ਦੇਖੋ, ਬੜਾ ਤੁਸੀਂ ਪਿਆਰ ਸਤਿਕਾਰ ਪੰਜਾਬੀ ਇੰਡਸਟਰੀ ਦਿੱਤਾ, ਪਰ ਮੈਂ ਮੰਨਦੀ ਹਾਂ ਕਿ ਚੰਗੀਆਂ ਚੀਜ਼ਾਂ ਸੁਣਨੀਆਂ ਬਹੁਤ ਜ਼ਰੂਰੀ ਨੇ। ਬਹੁਤ ਸਾਰੇ ਚੰਗੇ ਆਰਟਿਸਟ ਵੀ ਨੇ, ਕਿਉਂਕਿ ਤੁਸੀਂ ਜਿਹੋ ਜਿਹਾ ਸੁਣੋਗੇ, ਜਿਹੜੇ ਆਰਟਿਸਟ ਹੁੰਦੇ ਨੇ ਉਹ ਵਕਤ ਦੇ ਨਾਲ, ਵਕਤ ਦਾ ਸ਼ੀਸ਼ਾ ਹੁੰਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਲੋਕ ਉਹਨਾਂ 'ਚੋਂ ਮੂੰਹ ਵੇਖਦੇ ਨੇ। ਸੋ ਬਹੁਤ ਸਾਰੇ, ਮੈਂ ਇਹ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਹਥਿਆਰਾਂ ਵਾਲੇ, ਉਹ ਡਰੱਗਸ ਵਾਲੇ ਗਾਣੇ ਜਿਹੜੇ ਉਹ ਸੁਣਨੇ ਬੰਦ ਕਰੋ, ਕਿਉਂਕਿ ਬੱਚੇ ਉਹਨੂੰ ਸਟੇਟਸ ਸਿੰਬਲ ਸਮਝਣ ਲੱਗ ਪਏ ਨੇ। ਨਵੀਂ ਪਨੀਰੀ ਉਹਨੂੰ ਸਟੇਟਸ ਸਿੰਬਲ ਸਮਝਣ ਲੱਗ ਪਈ ਹੈ ਕਿ ਹਥਿਆਰ ਰੱਖਣਾ ਬੜੀ ਵੱਡੀ ਗੱਲ ਹੈ। ਤੁਸੀਂ ਦੇਖੋ, ਛੋਟੇ ਛੋਟੇ ਬੱਚੇ ਫੇਸਬੁੱਕ ਦੇ ਉੱਤੇ ਪਿਸਟਲ ਨਾਲ ਫੋਟੋਆਂ ਖਿਚਾਉਂਦੇ ਨੇ, ਕਿਉਂਕਿ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ। ਅਤੇ ਮੈਂ ਇਹ ਚਾਹੁੰਦੀ ਹਾਂ ਕਿ ਥੋੜ੍ਹਾ ਜਿਹਾ ਲੋਕ ਵੀ ਉਹਨਾਂ ਆਰਟਿਸਟਾਂ ਨੂੰ ਜਿਹੜਾ ਡੱਟ ਕੇ ਮੁਕਾਬਲਾ ਉਹਨਾਂ ਦਾ ਕਰਨ, ਤਾਂ ਕਿ ਇਹੋ ਜਿਹੇ ਗਾਣੇ ਨਾ ਆਉਣ ਜਿਹਦੇ ਨਾਲ ਪੰਜਾਬੀ ਜਿਹੜੇ ਨੇ ਪੂਰੀ ਦੁਨੀਆਂ ਦੇ ਵਿੱਚ ਇਸ ਕੌਮ ਕਰਕੇ ਬਦਨਾਮ ਨਾ ਹੋਣ। ਪੰਜਾਬੀ ਬੜੀ ਸ਼ਾਨਦਾਰ ਕੌਮ ਹੈ, ਉਹ ਕੌਮ ਹੈ ਜਿਹੜੀ ਅੱਜ ਵੀ ਵਿਪਤਾ ਪੈਂਦੀ ਹੈ ਅਤੇ ਜਿਹਨਾਂ ਦੇ ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲ੍ਹ ਜਾਂਦੇ, ਲੰਗਰ 24 hours ਚੱਲਦਾ। ਸਿਰਫ ਪੂਰੀ ਵਾਹਿਦ ਦੁਨੀਆਂ 'ਚ ਇੱਕ ਇਹੋ ਜਿਹੀ ਕੌਮ, ਇਕੱਲੀ ਕੌਮ ਹੈ ਜਿਹੜੀ ਕਿਸੇ ਵੀ ਕੌਮ ਦੀ ਮੁਸ਼ਕਿਲ ਦੇ ਵੇਲੇ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ। ਸੋ ਸਾਨੂੰ ਆਪਣੀ ਕੌਮ ਦੀ ਉਹ ਸਰਦਾਰੀ ਅਤੇ ਉਹ ਜਿਹੜਾ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਤਾਕਤ, ਉਹ ਜ਼ਰੂਰ ਕਾਇਮ ਰੱਖਣੀ ਚਾਹੀਦੀ ਜੀ। ਬਹੁਤ ਬਹੁਤ ਧੰਨਵਾਦ ਜੀ ਸਾਡੇ ਸ਼ੋਅ ਵਿੱਚ ਆਉਣ ਦੇ ਲਈ। ਥੈਂਕ ਯੂ। ਸੋ ਮੈਂ ਸਾਹਿਬ
ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਪ੍ਰੋਗਰਾਮ ਸਟਾਰ ਡਾਇਰੀਜ਼ ਦੇ ਵਿੱਚ ਫਿਰ ਮਿਲਾਂਗੇ ਇੱਕ ਨਵੇਂ ਕਿਰਦਾਰ ਦੇ ਨਾਲ, ਇੱਕ ਨਵੀਂ ਹਸਤੀ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ।